ਸਤਿ ਸ਼੍ਰੀ ਅਕਾਲ ਜੀ। ਅੱਜ ਸੰਡੇ ਹੈ ਜੀ ਅਤੇ ਸ਼ਾਮ ਨੂੰ 4:45 ਦਾ ਟਾਈਮ ਹੈ ਜੀ। ਦੇਖੋ ਸਾਡੇ ਚਮਾਰੂ ਦੇ ਵਿੱਚ 4:45 ਕਿੰਨੀ ਜੀ ਹਵਾ ਚੱਲ ਰਹੀ ਆ। ਇੱਧਰ ਆਪਾਂ ਤੁਹਾਨੂੰ ਦੱਸਿਆ ਵੀ ਦਰੱਖਤ ਛਾਂਗਤੇ ਨੇ ਜੀ, ਇਹਨਾਂ ਕਰਕੇ ਘੱਟ ਦਿਸਦੀ ਹੋਊਗੀ ਤੁਹਾਨੂੰ ਹਵਾ ਚੱਲਦੀ। ਅਤੇ ਇੱਧਰ ਤੁਹਾਨੂੰ ਦਿਖਾਉਂਦੇ ਹਾਂ ਜੀ, ਦੇਖੋ ਇੱਧਰ ਭਾਰੀ ਦਰੱਖਤ ਨੇ, ਇਹ ਜ਼ਿਆਦਾ ਹਿਲਦੇ ਦਿਖਾਈ ਦਿੰਦੇ ਨੇ। ਸਾਨੂੰ ਤਾਂ ਉਮੀਦ ਸੀ ਜੀ ਮੀਂਹ ਆਜੂਗਾ, ਪਰ ਮੀਂਹ ਤਾਂ ਨਹੀਂ ਜੀ ਆਇਆ ਹੈਗਾ, ਆਪਣੀ ਹਵਾ ਚੱਲਣ ਲੱਗ ਗਈ ਆ। ਜੇ ਮੀਂਹ ਆ ਜਾਂਦਾ ਜੀ, ਅਸੀਂ ਹਜੇ ਕਣਕ ਨੂੰ ਪਾਣੀ ਨਹੀਂ ਲਾਇਆ ਹੈਗਾ ਚਮਾਰੂ ਵਾਲਿਆਂ ਨੇ, ਅਤੇ ਹੋਰ ਸ਼ਾਇਦ ਪਟਿਆਲੇ ਵੱਲ ਜਾਂ ਹੋਰ ਭੈਣ ਭਾਈਆਂ ਨੇ ਲਾਤਾ ਹੋਊਗਾ। ਸਾਨੂੰ ਤਾਂ ਮੀਂਹ ਦੀ ਲੋੜ ਸੀ ਜੀ, ਨਾਲ ਤਾਂ ਜਿਹੜਾ ਮਿੱਟੀ ਘੱਟਾ ਉੱਡ ਰਿਹਾ ਇਹ ਮਤਲਬ ਉੱਡਣਾ ਬੰਦ ਹੋ ਜੂਗਾ, ਅਤੇ ਨਾਲੇ ਗਰਦ ਮੀਂਹ ਪੈ ਕੇ ਜੀ ਗਰਦ ਜੀ ਦੱਬ ਜੂਗੀ, ਸਫਾਈ ਜੀ ਹੋ ਜੂਗੀ, ਅਤੇ ਨਾਲੇ ਆਪਣਾ ਦਰੱਖਤਾਂ ਨੂੰ ਸਾਰਿਆਂ ਨੂੰ ਪਾਣੀ ਮਿਲ ਜੂਗਾ, ਨਾਲੇ ਕਣਕ ਨੂੰ ਪਾਣੀ ਮਿਲ ਜੂਗਾ ਜੀ, ਨਾਲੇ ਫਿਰ ਸਾਫ਼ ਸੁਥਰਾ ਜਿਹਾ ਹੋ ਜੂਗਾ, ਹਰਿਆਲੀ ਜ਼ਿਆਦਾ ਚਮਕਣ ਲੱਗ ਜੂਗੀ ਜੀ। ਆ ਦੇਖੋ ਤੁਹਾਨੂੰ ਚਾਰੇ ਪਾਸੇ ਦਿਖਾ ਰਹੇ ਹਾਂ, ਅਤੇ ਅੱਜ ਜੋ ਜੋ ਵੀ ਕੁਛ ਕਰਿਆ ਆਪਾਂ ਨੇ ਤੁਹਾਨੂੰ ਵੀਡੀਓ 'ਚ ਸ਼ੇਅਰ ਕਰਦੇ ਹਾਂ ਜੀ। ਸਵੇਰੇ ਸਭ ਤੋਂ ਪਹਿਲਾਂ ਮੂਲੀ ਦੇ ਪਰੌਂਠੇ ਬਣਾਏ, ਉਸ ਤੋਂ ਬਾਅਦ ਫਿਰ ਪੁਸ਼ਪਿੰਦਰ ਜੀ ਕਹਿੰਦੇ ਵੀ ਭਗਵਾਨ ਨੇ ਮੈਨੂੰ ਇੱਕ ਬਰਫੀ ਬਣਾ ਦੇ। ਜਦੋਂ ਮੈਂ ਬਰਫੀ ਬਣਾਈ ਤਾਂ ਮੰਮੀ ਦੀ ਮੈਨੂੰ ਇੰਨੀ ਯਾਦ ਆਈ, ਇਹ ਮੰਮੀ ਦੀ ਨਾ ਫੇਵਰਟ ਬਰਫੀ ਹੈ। ਜਦੋਂ ਵੀ ਮੈਂ ਘੀ ਗਰਮ ਕਰਦੀ ਸੀ ਜੀ ਤਾਂ ਜ਼ਰੂਰ ਮਤਲਬ ਦੇਸੀ ਘਿਓ ਦੀ ਜਿਹੜਾ ਬਚ ਜਾਂਦਾ ਜੀ, ਘਿਓ ਭੁਣ ਕੇ ਸਮਾਨ ਬਚ ਜਾਂਦਾ, ਉਹ 'ਚ ਆਟਾ ਪਾ ਕੇ ਚਮਚਾ ਸ਼ੱਕਰ ਦਾ ਪਾ ਕੇ ਕੌਲੀ ਚਮਚੇ 'ਚ ਮੰਮੀ ਨੂੰ ਪਾ ਕੇ ਦਿੰਦੀ ਹੁੰਦੀ ਸੀ ਜੀ, ਅਤੇ ਅੱਜ ਮੈਂ ਉਹ ਬਰਫੀ ਪੁਸ਼ਪਿੰਦਰ ਜੀ ਦੇ ਕਹਿਣ 'ਤੇ ਉਹਨਾਂ ਨੂੰ ਬਣਾ ਕੇ ਦਿੱਤੀ ਆ। ਅਤੇ ਬਰਫੀ 'ਚ ਵੀ ਜਾਣੀ ਉਹ ਮਿੱਠਾਪਣ ਜਾਂ ਨਹੀਂ ਰਿਹਾ, ਫਿੱਕੀ ਪੈ ਗਈ ਮੰਮੀ ਤੋਂ ਵੀ ਨਾ। ਚਲੋ ਜੀ, ਯਾਦਾਂ ਨੇ ਜਿਹੜੀਆਂ ਇਹ ਹਮੇਸ਼ਾ ਬਜ਼ੁਰਗਾਂ ਦੀਆਂ ਨਾਲ ਹੀ ਰਹਿੰਦੀਆਂ ਨੇ, ਅਤੇ ਜਦੋਂ ਮੈਂ ਬਰਫੀ ਬਣਾਈ ਜੀ ਮੰਮੀ ਦੀ ਬਹੁਤ ਜ਼ਿਆਦਾ ਯਾਦ ਆਈ। ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਕਿ ਮੈਂ ਮੰਮੀ ਨੂੰ ਅੱਜ ਕਿੰਨਾ ਮਿਸ ਕੀਤਾ। ਉਹ ਬਰਫੀ ਬਣਾ ਕੇ ਪੁਸ਼ਪਿੰਦਰ ਜੀ ਨੂੰ ਖਿਲਾਈ, ਅਤੇ ਉਸ ਤੋਂ ਬਾਅਦ ਜੀ ਮੈਂ ਆਪਣਾ ਹੋਰ ਦਾਲ ਪਾਣੀ ਸਿੰਪਲ ਹੀ ਬਣਾਇਆ ਸੀਗਾ ਜੀ, ਮੂੰਗੀ ਮਸਰੀ ਦੀ ਦਾਲ। ਅਤੇ ਹੁਣ ਜੋ ਜੋ ਦਿਨ 'ਚ ਹੋਇਆ ਉਹ ਤੁਹਾਨੂੰ ਹੁਣ ਵੀਡੀਓ 'ਚ ਆਪਾਂ ਸ਼ੇਅਰ ਕਰਦੇ ਹਾਂ ਜੀ। ਅਤੇ ਆਹ ਫੇਵਰੇਟ ਬਰਫੀ ਆ ਜਿਹੜੀ, ਇਹ ਜ਼ਰੂਰ ਦੇਖਣੀ ਹੈ, ਕੋਈ ਵੀ ਇੱਕ ਬਰਫੀ ਨਹੀਂ ਬਣਾ ਸਕਦਾ ਜੀ। ਅੱਜ ਆਪਾਂ ਨੇ ਪੁਸ਼ਪਿੰਦਰ ਜੀ ਲਈ ਸਿਰਫ ਇੱਕ ਬਰਫੀ ਬਣਾਈ ਹੈ, ਦੇਖੋ ਇਹ ਬਣਾਉਣੀ ਕਿੰਨੀ ਆਸਾਨ ਹੈ। ਅਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਜੀ। ਠੀਕ ਹੈ ਜੀ, ਫਿਰ ਹੁਣ ਆਪਾਂ ਅੰਦਰ ਨੂੰ ਚੱਲਦੇ ਹਾਂ ਜੀ। ਸਾਰੇ ਭੈਣ ਭਾਈਆਂ ਨੂੰ ਸਤਿ ਸ਼੍ਰੀ ਅਕਾਲ। ਜੀ ਅੱਜ ਬਹੁਤ ਕਾਹਲੀ ਆ ਅਤੇ ਸਾਰੇ ਕੰਮ ਫੁੱਲੇ ਪਏ ਨੇ, ਸਵੇਰੇ ਸਵੇਰੇ ਬਹੁਤ ਗਾਹ ਪੈ ਜਾਂਦਾ। ਜਿੰਨਾ ਚਿਰ ਨਾ ਰੋਟੀ ਦਾ ਕੰਮ ਨਹੀਂ ਨਿਬੜਦਾ ਉਨਾ ਚਿਰ ਕੋਈ ਕੰਮ ਨਹੀਂ ਨਿਬੜਦਾ। ਜਦੋਂ ਰੋਟੀ ਦਾ ਕੰਮ ਨਿਬੜ ਜਾਂਦਾ ਫਿਰ ਆਪਣੇ ਬਾਅਦ 'ਚ ਸਾਫ਼ ਸਫਾਈ ਸਾਰਾ ਕਿਚਨ ਦਾ ਬਾਅਦ 'ਚ ਕਰਾਂਗੇ ਜੀ। ਅਤੇ ਤੁਹਾਨੂੰ ਪਤਾ ਹੀ ਹੈ ਰੋਜ਼ ਸਵੇਰੇ ਮੂਲੀ ਦੇ ਪਰੌਂਠੇ, ਆਲੂ ਦੇ ਪਰੌਂਠੇ ਜਾਂ ਪਰੌਂਠਿਆਂ ਤੋਂ ਹੀ ਸਟਾਰਟਿੰਗ ਹੁੰਦੀ ਹੈ ਜੀ ਸਵੇਰ ਦੀ। ਅਤੇ ਫੁੱਲ ਸਟੱਫ ਬਣਾਉਂਦੇ ਹਾਂ ਜੀ ਆਪਾਂ ਐਨ ਭਰ ਕੇ ਉਹਦੇ ਵਿੱਚ। ਦੇਖੋ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਆ, ਦੇਖੋ ਮੂਲੀ ਦਾ ਨਾ ਜਿਹੜਾ ਬਿਲਕੁਲ ਭਰ ਲਈ ਜੀ ਇਹ ਨਾ। ਵੈਸੇ ਤਾਂ ਮੈਂ ਇੱਕ ਪਰੌਂਠੇ 'ਚ ਬਣਾਉਂਦੀ, ਇੱਕ 'ਚ ਨਾ ਫਿਰ ਇਹ ਨਿਕਲ ਜਾਂਦੀ ਆ, ਪਾਣੀ ਜਾਂ ਨਿਕਲਣ ਲੱਗ ਜਾਂਦਾ ਨਮਕ ਮਿਰਚ ਰਲਾਏ ਤੋਂ। ਤਾਂ ਕਰਕੇ ਆਪਾਂ ਨੇ ਦੋ ਪਰੌਂਠਿਆਂ ਦੇ ਵਿੱਚ ਨਾ ਜੇ ਫੁੱਲ ਆਲੂ ਆਹ ਸੋਰੀ ਮੂਲੀ ਪਾ ਕੇ ਇੱਕ ਰੋਟੀ ਇਹਦੇ ਉੱਤੇ ਬਣਾ ਕੇ ਧਰ ਦੇਣੀ ਆ। ਫਿਰ ਇਹਨੂੰ ਐਵੇਂ ਕਰਕੇ ਦੱਬ ਦੇਣਾ ਹਲਕਾ ਹਲਕਾ, ਆਪਾਂ ਵੇਲਾਂਗੇ ਜੀ ਇਹਨੂੰ ਬਸ ਪਾ ਕੇ। ਜਦੋਂ ਉਹ ਪਰੌਂਠਾ ਬਣ ਗਿਆ ਆਪਣਾ ਨਾਲ ਜੀ ਨਾਲ ਇਹਨੂੰ ਪਾ ਦਾਂਗੇ, ਇਹਨੂੰ ਘੀ ਲਾ ਕੇ। ਉੱਧਰ ਦਹੀਂ ਤਿਆਰ ਹੈ, ਫੜਾ ਕੇ ਆਉਂਦੇ ਹਾਂ ਜੀ। ਦੇਖੋ ਆਪਣੇ ਨੇੜੇ ਤੋਂ ਦਿਖਾਉਂਦੇ ਹਾਂ ਜੀ, ਪਰੌਂਠਾ ਬਿਲਕੁਲ ਰੜ ਗਿਆ ਤੇ ਐਨ ਫੁੱਲ ਭਰਿਆ ਹੋਇਆ ਜੀ। ਆ ਦੇਖੋ ਜਦੋਂ ਨਾ ਆਪਾਂ ਇਹਨੂੰ ਚੱਕਾਂਗੇ ਦੇਖੋ ਕਿਵੇਂ ਵਿੱਚੋਂ ਮੂਲੀਆਂ, ਦੇਖੋ ਜੀ ਆ ਦੇਖੋ ਬਿਲਕੁਲ ਭਰਿਆ ਫੁੱਲ ਸਟਫਿਡ। ਠੀਕ ਹੈ ਜੀ, ਫਿਰ ਆਪਾਂ ਹੁਣ ਪਰੌਂਠੇ ਰੱਖਦੇ ਹਾਂ ਥਾਲ ਦੇ ਵਿੱਚ,
ਇੰਨੇ ਜਿਆ ਪਰੌਂਠਾ ਪਾਉਂਦੇ ਹਾਂ, ਫੜਾ ਕੇ ਆਉਂਦੇ ਹਾਂ। ਲਓ ਜੀ, ਅੱਜ ਤੁਹਾਨੂੰ ਪਿਓਰ ਗਾਂ ਦਾ ਦੇਸੀ ਘਿਓ ਬਣਦਾ ਦਿਖਾਉਂਦੇ ਹਾਂ ਜੀ। ਬਸ ਬਣਨ ਵਾਲੀ ਹੈ ਜੀ। ਇਹ ਦੇਖੋ ਬੱਬਲ ਜਾਣੇ ਸ਼ੁਰੂ ਹੋ ਗਏ ਨੇ। ਜੀ ਗੈਸ ਬੰਦ ਕਰਨ ਲੱਗਿਆ ਜੀ, ਘੀ ਬਣ ਗਿਆ। ਲਓ ਜੀ, ਇਹ ਹੁੰਦਾ ਪਿਓਰ ਗਈਆਂ ਦਾ ਦੇਸੀ ਘੀ, ਐਵੇਂ ਬਣਦਾ ਜੀ। ਇਹ ਦੇਖੋ ਬਣ ਗਿਆ, ਅਤੇ ਹੁਣ ਇਹਨੇ ਅਸੀਂ ਰਿੱਝੀ ਜਾਣਾ ਜੀ। ਭਾਂਡਾ ਗਰਮ ਹੈ ਨਾ ਤਾਂ ਕਰਕੇ। ਇਹਨੇ ਹੁਣ ਇਹ ਨਿੱਤਰ ਜਾਣਾ ਜੀ, ਪੌਣ ਜੀ ਥੱਲੇ ਰਹਿ ਜਾਣੀ ਹੈ ਅਤੇ ਘੀ ਉੱਤੇ ਆ ਰਹਿ ਜਾਣਾ ਜੀ। ਆ ਦੇਖੋ, ਲਓ ਜੀ ਘਿਓ ਬਣ ਗਿਆ। ਅਤੇ ਆਪਾਂ ਨੇ ਆਹ ਇੱਕ ਡੱਬੇ ਵਿੱਚ ਪਾ ਲਿਆ ਜੀ, ਛੋਟੀ ਜਿਹੀ ਡੱਬੀ ਆ ਇਹ। ਮਤਲਬ ਇੱਕ ਹਫ਼ਤੇ 'ਚ ਸਾਡਾ ਇਹ ਇੱਕ ਪਾਈਆ ਘਿਓ ਹੋ ਜਾਂਦਾ। ਜਦੋਂ ਮੁੱਕ ਜਾਂਦਾ ਇੰਨੇ ਫੇਰ ਨਵੀਂ ਕਰੀਮ ਹੋ ਜਾਂਦੀ ਹੈ ਜੀ, ਫਰੈਸ਼ ਬਿਲਕੁਲ ਤਾਜ਼ਾ ਬਣਾਉਂਦੇ ਹਾਂ ਆਪਾਂ। ਬਣਾਉਣ ਵੇਲੇ ਆ ਦੇਖੋ ਬਿਲਕੁਲ ਕੋਈ ਭਾਂਡਾ ਨਹੀਂ ਮੱਚਿਆ ਹੈਗਾ ਹਜੇ, ਆਹ ਜਿਹੜੀ ਪੌਣ ਜੀ ਰਹਿ ਜਾਂਦੀ ਆ ਦੇਖੋ, ਭਾਂਡਾ ਉਹ ਲਾਲ ਹੋ ਜਾਂਦਾ ਥੱਲੋਂ ਪਰ ਮੱਚਦਾ ਨਹੀਂ ਹੈਗਾ ਦੇਖੋ। ਪੁਸ਼ਪਿੰਦਰ ਜੀ ਹੱਸਣ ਲੱਗ ਜਾਂਦੇ ਨੇ, ਕਹਿੰਦੇ ਨੇ ਭਗਵਾਨ ਨੇ ਇੱਕ ਬਰਫੀ ਤਾਂ ਬਣਾ ਦੇ, ਫਿਰ ਇਹਦੇ ਵਿੱਚ ਜੀ ਆਪਾਂ ਆਟਾ ਅਤੇ ਸ਼ੱਕਰ ਪਾ ਕੇ ਇਹਦੀ ਇੱਕ ਬਰਫੀ ਜੀ ਬਣ ਜਾਂਦੀ ਆ, ਜਿਹੜੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਹੁਣ ਬਣਾ ਕੇ। ਲਓ ਜੀ, ਥੋੜ੍ਹਾ ਜਿਹਾ ਮਤਲਬ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਆਪਾਂ ਨੇ ਆਟਾ ਪਾ ਲਿਆ, ਅਤੇ ਜਦ ਇਹ ਭੁੱਜ ਗਿਆ ਇਹ 'ਚ ਸ਼ੱਕਰ ਪਾ ਦਾਂਗੇ। ਇਹਦੀ ਬਰਫੀ ਜੀ ਬਿਲਕੁਲ ਜੰਮ ਜਾਂਦੀ ਹੈ ਜੀ, ਤੁਹਾਨੂੰ ਦਿਖਾਉਂਦੇ ਹਾਂ ਜੀ ਆਪਾਂ ਬਣਾ ਕੇ। ਦੇਖੋ ਇੱਕ ਬਰਫੀ ਬਣਾਉਣੀ ਕਿੰਨੀ ਆਸਾਨ ਹੈ। ਚਲੋ ਜਦ ਕਹਿ ਤਾਂ ਫਿਰ ਬਣਾ ਦਿੰਦੇ ਹਾਂ ਜੀ। ਇਹਨੂੰ ਪਹਿਲਾਂ ਭੁੰਨਦੀ ਹਾਂ ਮੈਂ। ਲਓ ਜੀ, ਇਹ ਭੁੱਜ ਗਿਆ ਆਟਾ ਘਿਓ 'ਚ, ਠੰਡੀ ਹੋਈ 'ਚ ਸ਼ੱਕਰ ਲਾ ਦੂੰਗੀ ਜੀ। ਕਹਿੰਦੇ ਉਈ ਕਹਿਣ ਨੂੰ ਸੀ ਇੱਕ ਬਰਫੀ ਦੀਆਂ, ਮੈਨੂੰ ਲੱਗਦਾ ਚਾਰ ਬਰਫੀਆਂ ਬਣ ਜਾਣਗੀਆਂ। ਲਓ ਜੀ, ਸ਼ੱਕਰ ਪਾਲ ਕੇ ਜਮਾ, ਇਹਨੂੰ ਇੱਕ ਭਾਂਡੇ 'ਚ ਜਮਾ ਕੇ ਜੀ ਹੁਣ ਆਪਾਂ ਬਰਫੀ ਕੱਟ ਕੇ ਦਿਖਾਉਂਦੇ ਹਾਂ ਤੁਹਾਨੂੰ। ਲਓ ਜੀ, ਤੁਸੀਂ ਇਹਨੂੰ ਮਤਲਬ ਆਪਾਂ ਪੰਜੀਰੀ ਵਾਂਗੂ ਵੀ ਖਾ ਸਕਦੇ ਹਾਂ, ਪਰ ਆਪਾਂ ਜਮਾ ਕੇ ਇਹਦੇ ਪੀਸ ਕੱਟਾਂਗੇ। ਲਓ ਜੀ, ਕੌਲੀ ਜੀ ਆਪਾਂ ਨੇ ਬਰਫੀ ਦਾ ਪੀਸ ਕੱਟਤਾ। ਆ ਦੇਖੋ ਜੀ, ਆ ਇੱਧਰ ਕੱਢਤਾ, ਆ ਇੱਧਰ ਕੱਢਤਾ ਵਾਧੂ ਪੀਸ। ਇਹ ਆਪਣੀ ਬਣ ਗਈ ਜੀ ਬਰਫੀ, ਦੇਖੋ ਕਿੰਨੀ ਖੋਏ ਵਰਗੀ ਬਣੀ ਹੈ, ਵਧੀਆ ਬਰਫੀ। ਅਤੇ ਮੈਂ ਹੁਣ ਬਾਹਰ ਲਿਜਾ ਕੇ ਦਿਖਾਉਂਗੀ ਜੀ, ਐਵੇਂ ਕਰਕੇ ਆਪਾਂ ਇਹਦੀ ਬਰਫੀ ਵੀ ਬਣਾ ਸਕਦੇ ਹਾਂ। ਇਹ ਨਾ ਗਿੱਲਾ ਗਿੱਲਾ ਹੀ ਪੀਸ ਕੱਟਿਆ ਸੀਗਾ, ਫਿਰ ਜ਼ਿਆਦਾ ਸੁੱਕ ਕੇ ਜੇ ਤਾਂ ਬਾਹਲੀ ਸੁੱਕ ਜਾਂਦੀ ਆ। ਇਹ ਆਪਣੀ ਬਰਫੀ ਬਣ ਗਈ ਜੀ, ਤੁਸੀਂ ਵੀ ਟਰਾਈ ਜ਼ਰੂਰ ਕਰੋ ਸਾਡੀ ਬਰਫੀ, ਬਾਹਰ ਜਾ ਕੇ ਦਿਖਾਉਂਦੀ ਹਾਂ ਮੈਂ ਤੁਹਾਨੂੰ ਜੀ ਹੁਣ। ਲਓ ਜੀ, ਅਸੀਂ ਆਪਣੀ ਬਰਫੀ ਤਾਂ ਦੇਖੋ ਬਿਲਕੁਲ ਭੁਰ ਭੁਰ ਕਰਦੀ ਹੈ, ਐਵੇਂ ਨਾ ਤੋੜੇ ਤੋਂ ਬਿਲਕੁਲ ਜਦੇ ਟੁੱਟਦੀ ਹੈ ਜੀ। ਆ ਦੇਖੋ ਕਿੰਨੀ ਵਧੀਆ ਬਣ ਗਈ, ਜੰਮ ਗਈ। ਤੁਸੀਂ ਵੀ ਜੇ ਆਪਾਂ ਐਂ ਘੀ ਬਣਾਉਂਦੇ ਹਾਂ ਜੀ ਤਾਂ ਉਹਨੂੰ ਵੇਸਟ ਨਾ ਕਰੋ ਸਮਾਨ ਨੂੰ, ਵਿੱਚ ਥੋੜ੍ਹਾ ਜਿਹਾ ਮਿੱਠਾ ਪਾਓ, ਥੋੜ੍ਹਾ ਜਿਹਾ ਪਾਓ ਆਟਾ। ਆ ਦੇਖੋ ਬਰਫੀ ਬਣ ਗਈ ਜੀ, ਬਿਲਕੁਲ ਵਧੀਆ ਬਰਫੀ, ਐਨ ਟੁੱਟ ਰਹੀ ਹੈ ਜੀ, ਬਿਲਕੁਲ ਪੋਲੀ ਪੋਲੀ ਹੈ, ਨਾਲੇ ਗੁੜ ਵਰਗੀ ਲੱਗਦੀ ਹੈ ਖਾਣ ਨੂੰ। ਲਓ ਜੀ, ਠੰਡ ਕਰਕੇ ਨਾ ਇਹ ਘੀ ਜੰਮ ਗਿਆ, ਦੇਖੋ ਬਿਲਕੁਲ ਇਹਦਾ ਯੈਲੋ ਕਲਰ ਹੈ। ਜਦੋਂ ਨਾ ਵਾਈਟ ਕਲਰ ਹੋਵੇ ਤਾਂ ਮੱਝਾਂ ਦਾ ਘੀ ਹੁੰਦਾ ਜੀ, ਜਦੋਂ ਇਹ ਯੈਲੋ ਹੋਵੇ ਤਾਂ ਗਈਆਂ ਦਾ, ਆਪਾਂ ਗਈਆਂ ਦਾ ਦੁੱਧ ਲੈਂਦੇ ਹਾਂ। ਉਹ ਤੋਂ ਵੀ ਦੇਖੋ ਆਪਣਾ ਹਫ਼ਤੇ ਦੇ ਵਿੱਚ ਇੱਕ ਪਾਈਆ ਘੀ ਨਿਕਲਿਆ ਹੁੰਦਾ, ਜਿਹੜਾ ਆਪਣਾ ਆਰਾਮ ਨਾਲ ਤਾਜ਼ਾ ਘੀ ਨਾਲ ਸਰ ਜਾਂਦਾ, ਬਿਲਕੁਲ ਪੀਲਾ ਰੰਗ ਹੈ ਜਿਵੇਂ ਕੋਈ ਰੰਗ ਪਾਇਆ ਹੁੰਦਾ, ਅੰਦਰ ਕੁਛ ਜ਼ਿਆਦਾ ਹੀ ਲੱਗ ਰਿਹਾ। ਅੱਜ ਬਣੀ ਹੈ ਜੀ ਦਾਲ, ਅਤੇ ਹੁਣ ਪ੍ਰਸ਼ਾਦਾ ਤਿਆਰ ਹੈ, ਪ੍ਰਸ਼ਾਦਾ ਛਕਦੇ ਹਾਂ। ਦਾਲ, ਦਹੀਂ, ਸਲਾਦ, ਲੱਸੀ ਨਾਲ ਬਿਨਾਂ ਚੋਪੜੀ ਰੋਟੀ ਜੀ। ਲਓ ਜੀ, ਆਪਣੀ ਮਰਜ਼ੀ ਹੈ, ਚਾਹੇ ਕੋਈ
दाल नाल कणक दी रोटी खाओ जां मक्की दी खाओ। पुष्पिंदर ने अज कणक दी खाई है बिना चोपड़ी, ते आपां तां जी आह मक्की दा प्रशादा छकांगे दाल नाल विद दही सलाद अचार वगैरह।